नक्शे कदम ते बहुत अगे अपनी अलग लेगेसी तैयार कर रहे ने हसन मानक भाजी साडे नाल आ चुके ने की हाल चाल भाजी तुहाडा बहुत वधिया जी मैं धन्नवाद करदा रेड एफ एम दी सारी टीम दा जिन्हां ने सानू इत्थे इनवाइट कीता एंड तुहाडा मेहरबानी ਭਾਜੀ ਮਤਲਬ ਜਦੋਂ ਮਤਲਬ ਕੀ ਕਹਿੰਦੇ ਨੇ ਨਾ ਵੀ ਸਿੰਗਿੰਗ ਦਾ ਤੁਸੀਂ ਸ਼ੁਰੂਆਤ ਕੀਤੀ ਪਹਿਲਾਂ ਹੀ ਜਿਵੇਂ ਕਿ ਧਮਾਕੇ ਧਮਾਕੇ ਤਾਂ ਕਾਫੀ ਹੋ ਗਏ ਸੀ ਸੋ ਉਸ ਤੋਂ ਬਾਅਦ ਹੁਣ ਨਵੀਂ ਟਰੈਕ ਐਲਬਮ ਆ ਰਹੀ ਹੈ ਤੁਹਾਡੀ ਉਸਦੇ ਬਾਰੇ ਕੀ ਕਹਿਣਾ ਚਾਹੋਗੇ ਸੋ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜੀ ਸੋ ਵਾਈਟ ਹੈਲ ਦੀ ਪੂਰੀ ਟੀਮ ਦਾ ਮੈਂ ਧੰਨਵਾਦ ਕਰਦਾ ਐਂਡ ਸਪੈਸ਼ਲੀ ਮੇਰੇ ਵੱਡੇ ਭਾਈ ਸਾਹਿਬ ਬਾਈ ਇੰਡੀ ਬਲਿੰਗ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਗੁਣਵੀਰ ਸਿੱਧੂ ਸਾਹਿਬ ਬਾਈ ਮਨਮੋਹਨ ਸਿੱਧੂ ਸਾਹਿਬ ਜਿਨ੍ਹਾਂ ਨੇ ਮੈਨੂੰ ਇੰਨੇ ਜੋਗਾ ਸਮਝਿਆ ਤੇ ਹਸਨ ਨੂੰ ਮੌਕਾ ਦਿੱਤਾ ਕੰਮ ਕਿਆ ਬਾਤ ਹੈ ਹਾਂਜੀ ਮੇਰੀ ਪਹਿਲਾਂ ਐਲਬਮ ਆਈ ਸੀਗੀ ਦ ਬਲੱਡ ਇੰਡੀ ਬਲਿੰਗ ਰਿਕਾਰਡ ਤੋਂ ਜੋ ਸਾਰੀ ਐਲਬਮ ਹੀ ਮਾਨਕ ਸਾਹਿਬ ਨੂੰ ਟ੍ਰਿਬਿਊਟ ਸੀ ਉਹਨਾਂ ਨੂੰ ਡੈਡੀਕੇਟ ਸੀ ਬਿਲਕੁਲ ਸ਼੍ਰੀ ਕੁਲਦੀਪ ਮਾਨਕ ਸਾਹਿਬ ਨੂੰ ਨਾਨਾ ਜੀ ਨੂੰ ਹਨਾ ਤੇ ਫਿਰ ਲੋਕਾਂ ਦੀ ਮੰਗ ਸੀ ਇੱਕ ਸਾਡੇ ਕੋਲ ਵੀ ਤੁਸੀਂ ਨਵੇਂ ਗੀਤ ਨਹੀਂ ਕਰਦੇ ਕਈ ਭਰਾ ਇਹੋ ਜਿਹੇ ਹੁੰਦੇ ਆ ਜਿਹੜੇ ਨਹੀਂ ਪਸੰਦ ਕਰਦੇ ਵੀ ਕੋਈ ਬੰਦਾ ਚੰਗਾ ਕੰਮ ਕਰ ਰਿਹਾ ਫਿਰ ਉਹਨਾਂ ਨੂੰ ਸਮਝਾਉਣ ਵਾਸਤੇ ਤੇ ਸਾਡਾ ਇਸੇ ਤਰ੍ਹਾਂ ਦੀ ਸਾਂਝ ਬਣੀ ਹੋਈ ਹੈ ਬਲਿੰਗ ਸਾਹਿਬ ਦੀ ਵਾਈਟ ਹਿਲ ਨਾਲ ਤਾਂ ਫਿਰ ਇਹ ਅਸੀਂ ਸੱਤ ਕੀਤੇ ਆ ਗਾਣੇ ਇੱਕ ਇੰਟਰੋ ਤੇ 6 ਵਿੱਚ ਗੀਤ ਹੈ ਬੜੀ ਵਧੀਆ ਚੀਜ਼ ਹੈ ਜੋ ਮੇਰੇ ਲਈ ਮੇਰੀ ਜੋ ਮੇਰਾ ਮੁਕਾਮ ਹੈ ਜਾਂ ਜੋ ਮੇਰਾ ਸਫ਼ਰ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਕਿਆ ਡਿਫਰੈਂਟ ਕਲਚਰ ਹੈ ਆਪਾਂ ਬੈਕਗ੍ਰਾਉਂਡ ਯੂਪੀ ਦੀ ਤਰਫ ਸੇ ਆਤਾ ਹੈ ਔਰ ਬੰਬੇ ਮੇ ਰਹਤੇ ਹੋ ਤੋ ਮਤਲਬ ਇਹ ਕੌਨ ਸੀ ਜੋ ਮਿਕਸ ਇਹ ਵੈਜ ਸਾ ਚੱਲ ਰਹਾ ਹੈ ਕੈਸਾ ਐਕਸਪੀਰੀਅੰਸ ਆ ਪੰਜਾਬ ਆ ਕੇ ਬੇਸਿਕਲੀ ਪੰਜਾਬ ਨਾਲ ਹੱਸਦੇ ਫਿਰਦੇ ਤੇ ਯਾਰ ਯਾਰਾਂ ਨਾਲ ਗੁੱਸੇ ਆ ਸੱਜਣਾ ਅਗਲ ਲੱਗ ਮਿਲੀਏ ਕਿਤੇ ਮਰ ਨਾ ਜਾਈਏ ਰੁੱਸੇ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੈ ਤੇਰੀਆਂ ਮੈਂ ਤੇਰੀ ਰਾਂਝਾ ਤੇਰੀਆਂ ਮੈਂ ਤੇਰੀ ਵੈ ਤੂੰ ਐ ਮੇਰਾ ਮੱਕਾ ਚੰਨਾ ਤੂੰ ਐ ਮੇਰਾ ਹੱਜ ਵੈ ਦੁਨੀਆਂ ਨੂੰ ਲਾ ਕੇ ਆ ਦੱਸ ਕਿਹੜਾ ਭੱਜਵੇ ਬਾਬਲੇ ਦੀ ਕੀਤੀ ਮੈਂ ਸੀ ਮਿਹਨਤ ਬਥੇਰੀ ਵੇ ਤੇਰੀਆਂ ਮੈਂ ਤੇਰੀ ਰਾਂਝਾ ਹਾਏ ਤੇਰੀਆਂ ਮੈਂ ਤੇਰੀ ਵੇ ਮੇਰਾ ਨਾਮ ਹੈ ਆਕਰਸ਼ਿਕਾ ਗੋਇਲ ਔਰ ਇਹ ਹੈ ਤੁਹਾਡਾ ਆਪਣਾ ਹਸਨ ਮਾਨਕ ਹਾਂਜੀ ਤੇ ਅਸੀਂ ਰੈਡ ਐਫ ਐਮ ਤੋਂ ਇੰਟਰਵਿਊ ਕਰਕੇ ਸਾਡਾ ਪ੍ਰਮੋਸ਼ਨ ਦਾ ਟੂਰ ਚੱਲ ਰਿਹਾ ਜੀ ਸਾਰੀ ਟੀਮ ਹੈ ਨਾਲ ਇੰਡੀ ਬਲਿੰਗ ਰਿਕਾਰਡ ਦੀ ਐਂਡ ਹੋਰ ਸਾਰੇ ਸਾਡੇ ਭਰਾ ਨਾਲ ਬਾਈ ਇੰਡੀ ਬਲਿੰਗ ਇਹ ਹੈ ਮਾਰੀ ਪੂਰੀ ਟੀਮ ਬਾਈ ਜੋਤ ਕਾਲੀ ਦਾ ਬਾਈ ਲਵੀ ਮਿਰਜਾ ਤੇ ਆਕਰਸ਼ਿਕਾ ਗੋਇਲ ਹਾਂ ਤੇ ਹੁਣ ਅੱਗੇ ਅਸੀਂ ਚੱਲੇ ਆ ਤੋ ਅਬ ਹਮ ਜਾ ਰਹੇ ਹਨ ਪ੍ਰਮੋਸ਼ਨ ਕਰਨੇ ਕਹਾਂ ਪਰ ਮਾਈ ਐਫ ਐਮ ਰੇਡੀਓ ਪੇ ਵੈਸੇ ਤਾਂ ਸਾਰੇ ਆਪਣੇ ਹੀ ਆ ਰੇਡੀਓ ਆਪਾਂ ਨੂੰ ਪਿਆਰ ਦਿੰਦੇ ਆ ਆਪਣੇ ਗੀਤ ਚਲਾਉਂਦੇ ਆ ਉਹ ਹਾਂ ਤੇ ਹੁਣ ਅੱਗੇ ਅਸੀਂ ਉੱਥੇ ਚੱਲੇ ਜੀ ਤੇ ਫਿਰ ਮਿਲਦੇ ਆ ਤੇ ਚੱਲ ਕੇ ਆ ਫਾਇਰ ਲਿਫਟ ਹੈ ਕੱਟ ਅਸੀਂ ਪਹੁੰਚ ਚੁੱਕੇ ਆ ਜੀ
FM ਦੇ ਸਟੂਡੀਓ ਲੈਟਸ ਸੀ ਅਨੁਜਾ ਹੋ ਗਿਆ ਜਿਹੜਾ ਡਾਇਲੋਗ ਸੀ ਰਾਣੋ ਵਾਲਾ ਉਹਦੇ ਵਿੱਚ ਪਤਾ ਕੀ ਬੋਲਿਆ ਸੀ ਉਹ ਮੇਰੀ ਮਾਸੀ ਦਾ ਮੁੰਡਿਆ ਸੀ ਮੁੰਡਾ ਸੀ ਮੇਰੀ ਮਾਸੀ ਦਾ ਕਿਆ ਹੈ ਲੜਕਾ ਲੜਕਾ ਹਾਂਜੀ ਵੀਰੇ ਓਏ ਕੱਟ 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 ਅੱਛਾ ਮੈਮਰੀ ਕੈਨੇਡਾ ਗਏ ਸੀਗੇ ਉਹਨਾਂ ਦੀ ਮੈਮਰੀਜ ਆ ਗਈਆਂ ਤੇ ਹੁਣ ਐ ਕਰ ਰਿਹਾ ਵੀ ਯਾਰ ਫੇਰ ਤੋਂ ਜਾਈਏ ਉਹ ਟਰੂਡੋ ਸਾਹਿਬ ਜਲਾ ਦਿਓ ਜਹਾਜ਼ ਯਾਰ ਕੋਈ ਨੀ 20 ਕੁਛ ਖਬਰੀ 20 ਤਰੀਕ ਤੋਂ ਜਹਾਜ਼ ਸ਼ੁਰੂ ਹੋ ਜਾਣੇ ਆਪਣੇ ਮੇਰਾ ਸਾਰਾ ਫਰੇਮ ਤੁਸੀਂ ਮੇਰਾ ਸਾਰਾ ਬਲੌਗ ਕਵਰ ਕਰ ਲਿਆ ਤੁਸੀਂ ਮੇਰਾ ਬਲੌਗ ਮਾਈਂਡ ਯੂਰ ਫੁੱਟ ਮਾਈਂਡ ਯੂਰ ਹੈਡ ਮੈਂ ਨਹੀਂ ਬੈਠਣਾ ਤੁਸੀਂ ਬਹਿ ਜਾਓ ਚਾਨਣ ਬਣ ਕੇ ਹੁਣ ਉਹ ਹਰੇਕ ਦੇ ਦਿਲ ਤੇ ਦਸਤਕ ਦੇ ਰਿਹਾ ਹਸਨ ਮਾਨਕ ਉਹਦਾ ਨਾਮ ਹੈ ਹਸਨ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਚੜ੍ਹਦੀ ਕਲਾ ਬਹੁਤ ਵਧੀਆ ਮਿਊਜ਼ਿਕ ਦੇ ਸਫ਼ਰ ਨੂੰ ਮਾਣ ਰਹੇ ਹੋ ਪੂਰਾ ਪੂਰਾ ਜਿਹੜਾ ਜਿਸ ਬਾਰੇ ਅੱਜ ਤੋਂ 4-5 ਸਾਲ ਪਹਿਲਾਂ ਹਸਨ ਸੋਚਦਾ ਹੁੰਦਾ ਸੀ ਐ ਕਹਿ ਲਈ ਕਿ 10 ਸਾਲ ਪਹਿਲਾਂ ਸੋਚਦਾ ਹੁੰਦਾ ਸੀਗਾ ਕਿ ਇਹ ਪਲ ਜ਼ਿੰਦਗੀ 'ਚ ਆਵੇ ਤਾਂ ਉਹ ਆ ਗਿਆ ਕਿ ਆਉਣਾ ਮੈਂ ਜਿਹੜੀ ਚੀਜ਼ ਸੋਚੀ ਨਹੀਂ ਸੀ ਕਦੇ ਮੇਰੇ ਨਾਲ ਉਹ ਹੋਈ ਹੈ ਅੱਛਾ ਜਿਹੜੀ ਮੈਂ ਕਦੇ ਮੇਰੇ ਦਿਲ ਦਿਮਾਗ 'ਚ ਹੈ ਨਹੀਂ ਸੀ ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਭਰਾ ਦੇ ਪਿਆਰ ਨਾਲ ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਦੇ ਨਾਲ ਉਹ ਚੀਜ਼ ਨਾਲ ਸ਼ਿੰਗਾਰਿਆ ਬਾਈ ਇੰਦਰ ਧੰਮੂ ਸਾਹਿਬ ਬਾਈ ਬੀਟ ਸੋਲ ਤੇ ਇਹਨਾਂ ਦੇ ਵਿੱਚ ਕੰਮ ਕੀਤਾ ਆਕਰਸ਼ਿਕਾ ਗੋਇਲ ਬੰਬੇ ਤੋਂ ਵੈਰੀ ਗੁੱਡ ਤੇ ਬਾਕੀ ਇਹਦਾ ਵੀਡੀਓ ਕੀਤਾ ਬਾਈ ਜੋਤ ਕਾਲੀ ਰਾਓ ਅੱਛਾ ਤੇ ਸਾਰਾ ਕੁਝ ਕਹਿ ਦੀ ਆਰਗੇਨਾਈਜ਼ ਕੀਤਾ ਬਾਈ ਸਾਡੇ ਇੰਡੀਪੈਂਡੈਂਸ ਸਾਹਿਬ ਓਕੇ ਤੇ ਮੈਂ ਜਦੋਂ ਇਹ ਰਾਣੋ ਐਲਬਮ ਬਾਰੇ ਸੁਣਿਆ ਸੀਗਾ ਫਿਰ ਮੈਨੂੰ ਪਤਾ ਲੱਗਿਆ ਜਦੋਂ ਇਹ ਸਾਰੇ ਦੇ ਸਾਰੇ ਗਾਣੇ ਇਕੱਠੇ ਆਡੀਓ ਇਹਦਾ YouTube ਦੇ ਉੱਤੇ ਰਿਲੀਜ਼ ਹੋ ਗਿਆ ਤੇ ਫਿਰ ਤੁਹਾਡੇ ਗਾਣੇ ਰਾਣੋ ਦੀ ਤੇ ਵੀਡੀਓ ਆਈ ਬਾਕੀਆਂ ਦੀ ਆਈ ਨਹੀਂ ਆਡੀਓ ਰਿਲੀਜ਼ ਕਰਤਾ ਬਾਕੀਆਂ ਦੀ ਵੀਡੀਓ ਆਣੀ ਨਹੀਂ ਜਾਂ ਜੇ ਆਊਗੀ ਤਾਂ ਫਿਰ ਆਡੀਓ ਪਹਿਲਾਂ ਕੀ ਰਿਲੀਜ਼ ਕਰਨ ਦੀ ਸੋਚੀ ਯਾਰ ਪਹਿਲੇ ਮੈਂ ਤੁਹਾਨੂੰ ਦੱਸਦਾ ਮੈਂ ਸ਼ਾਇਦ ਉਹ ਕਲਿੱਪ ਦੇਖੀ ਨਹੀਂ ਜਾਂ ਇਹ ਗੱਲ ਸੱਚ ਹੈ ਕਿ ਹਸਨ ਕਦੀ ਸਿੰਗਿੰਗ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਬਣਿਆ ਜਾਂ ਮੈਂ ਹੀ ਨਹੀਂ ਸ਼ਾਇਦ ਕਲਿੱਪ ਦੇਖੀ ਨਹੀਂ ਮੈਂ ਬਣਿਆ ਨਹੀਂ ਬਣਿਆ ਬਈ ਉੱਥੇ ਨਾ ਤੁਹਾਨੂੰ ਮੈਂ ਦੱਸਦਾ ਹਾਈ ਮੁੜ ਜਾ ਮੇਰੇ ਮਗਰ ਮੁੜ ਜਾ ਤੂੰ ਤੈਨੂੰ ਜਿੱਥੇ ਰੱਬ ਨੇ ਜੋੜਿਆ ਜਾ ਕੇ ਉੱਥੇ ਜੁੜ ਜਾ ਤੂੰ ਹੁਣ ਕਿਰਪਾ ਕਰਕੇ ਵੇ ਨਾ ਹੁਣ ਆਪਣੀ ਕਹਿ ਜਿਹਨੂੰ ਵਿਆਹ ਕੇ ਲਿਆਇਆ ਹੁਣ ਉਹਦਾ ਬਣ ਕੇ ਰਹਿ ਜਿਹਨੂੰ ਵਿਆਹ ਕੇ ਲਿਆਇਆ ਬਸ ਹੁਣ ਉਹਦਾ ਬਣ ਕੇ ਰਹਿ ਨਾ ਦਾਜ ਮੰਗਦੀ ਹੋ ਕਦੇ ਥੀ ਨਾ ਦਾਜ ਮੰਗਦੀ ਮਿਲੇ ਖੁਸ਼ੀ ਖੁਸ਼ੀ ਲਾ ਜਾਂਦੀ ਸੋਈ ਹੋਇਆ ਕਿਦੇ ਧੀ ਦਮ ਪਈ ਨਾ ਪਤਲੀ ਨਾ ਭਾਰੀ
पर चिट्ठी ताई मुकण जुदाइया चिट्ठिया सहवा जट्टी ने लिख मिर्ज़े वल पाइया। बहुत बढ़िया ए जी, एक गाना सी सोचे यार बिन। हां जी, ओदा अंतर याद होगा? याद है। आज यार जी गगन है जी, शाम नु असि इकट्ठे शो कर देंगे। मेहरबानी भाई। हां ए आज सोचे यार बिना मेरा जी नहीं लगता कल्ली दा, रेंदे सीने दे विच यादा दे चमकार, खबर छुट्टी लेके आना कदों फौजी ने मैं मर जा, सारा दिन मैं बैठी वेंदी रहा चुबार। अच्छा एक बनौटी यार लास्ट। साफ नीत सुच्चा गला विच आ गया, धोखेबाज खैर सुच्चे नू मिला गया, करांगे गदार यार जुंडी दार दे, गोली मारो एहो जहे बनौटी यार दे, गोली मारो एहो जहे बनौटी यार दे। क्या बोल रहा था तू? कछु तो बोल रहा था तू? अरे तेरी वीडियो बन रही। कौन कौन बोल रहा था? हाँ क्या ये कौन क्या बोल रहा था? कुछ भी नहीं है, बता मेरे को। है कुछ भी नहीं, कुछ तो बोला ये। क्या रहा इतना महंगा फोन? किस किसके पास है महंगा फोन? किसके पास है? क्या बोल रहा था तू? मैं क्या बोल रहा था? तो कुछ तो बोल रहा था। हैं? तेरी वीडियो डालेंगे हम YouTube पे, ठीक है? देखना YouTube पे, सब्सक्राइब तो कर दे। ओके, बोलो के चैनल फेमस होगा, बंदे चले। चलो ओके, बाय।